प्यारे विद्यार्थियों सत श्री अकाल मैं रणजीत सिंह ਤੇ ਤੁਹਾਡਾ ਨੌਵੀਂ ਜਮਾਤ ਵਿੱਚ ਸਵਾਗਤ ਹੈ ਤੇ ਅੱਜ ਆਪਾਂ ਜਿਹੜਾ ਲੋਕ ਕਾਵਿ ਚੋਂ ਲੋਕ ਕਾਵਿ ਦੀ ਜਿਹੜੀ ਬੰਨ ਗਈ ਹੈ ਘੋੜੀਆਂ ਤੇ ਉਸ ਦੇ ਕੁਝ ਹੋਰ ਗੀਤ ਹੈ ਜਿਹੜੇ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ ਸੋਣਾ ਸੇੜਾ ਸਤਾਰਾ ਲੜੀਆਂ ਜਿਹੜੇ ਆਪਾਂ ਪਹਿਲਾਂ ਗੀਤ ਹੈ ਆਪਾਂ ਲੋਕਗੀਤ ਆਪਾਂ ਦੇਖ ਚੁੱਕੇ ਆ ਘੋੜੀਆਂ ਬਾਰੇ ਤੇ ਉਸ ਤੋਂ ਬਾਅਦ ਇਹ ਹੈ ਸੋਹਣਾ ਸੇਹਰਾ ਸਤਾਰਾਂ ਲੜੀਆਂ ਇਹਦੇ ਵਿੱਚ ਵੀ ਜਿਹੜਾ ਹੈ ਲਾੜਾ ਜਦੋਂ ਸੱਜ ਧੱਜ ਕੇ ਪੂਰਾ ਤਿਆਰ ਹੋ ਜਾਂਦਾ ਹੈ ਤੇ ਉਸ ਦੇ ਜਿਹੜਾ ਹੈ ਸਿਰ ਤੇ ਸੇਹਰਾ ਸਜਾਇਆ ਜਾਂਦਾ ਹੈ ਤੇ ਉਸ ਸੇਹਰੇ ਦੀ ਜਿਹੜੀ ਸਿਫਤ ਹੈ ਉਹ ਇਸ ਵਿੱਚ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਦਾ ਸੇਹਰਾ ਹੈ ਤੇ ਕਿਵੇਂ ਉਹ ਲਾੜੇ ਨੂੰ ਜਿਹੜਾ ਹੈ ਉਹ ਫੱਬ ਰਿਹਾ ਹੈ ਠੀਕ ਹੈ ਸੋਨਾ ਸਿਰਸ ਤਾਰਾਂ ਲੜੀਆਂ ਹੀਰੇ ਮੋਤੀਆਂ ਦੇ ਨਾਲ ਜੜਿਆ ਸੋਨਾ ਸਿਰਸ ਤਾਰਾਂ ਲੜੀਆਂ ਹੀਰੇ ਮੋਤੀਆਂ ਦੇ ਨਾਲ ਜੜਿਆ 세라 ਕਿਸ ਰਾਣੀ ਬਣਾਇਆ 세라 ਕਿਸ ਰਾਜੇ ਸਜਾਇਆ ਦਾਦੀ ਰਾਣੀ ਬਣਾਇਆ 세ਰਾ ਦਾਦੀ ਰਾਣੀ ਬਣਾਇਆ 세ਰਾ ਬਾਬੇ ਰਾਜੇ ਸਜਾਇਆ 세라 ਸਹੇਸਤਰਾ ਪਾ ਇਹਨੂੰ ਜਿਹੜਾ ਹੈ ਉਹ ਲੋਕਧੰਨ ਵਿੱਚ ਆਪਾਂ ਇਹਨੂੰ ਗਾ ਸਕਦੇ ਹਾਂ ਹੋਰ ਵੀ ਕਈ ਤਰੀਕਿਆਂ ਨਾਲ ਇਹ ਗਾਇਆ ਜਾ ਸਕਦਾ ਹੈ ਤੇ ਇੱਥੇ ਆਪਾਂ ਦੇਖਣਾ ਹੈ ਸੋਹਣਾ ਸੇਹਰਾ 17 ਲੜੀਆਂ ਕਿ ਸੇਹਰਾ ਬੜਾ ਹੀ ਸੋਹਣਾ ਲੱਗ ਰਿਹਾ ਹੈ ਤੇ ਉਸ ਸੇਹਰੇ ਦੇ ਜਿਹੜਾ ਹੈ 17 ਲੜੀਆਂ ਹੈ ਹੈਨਾ ਬੰਨਣ ਵਾਸਤੇ ਜਿਵੇਂ ਇਸ ਤਰ੍ਹਾਂ ਲੜੀਆਂ ਹੈ ਠੀਕ ਹੈ ਫੁੱਲਾਂ ਦੀਆਂ ਲੜੀਆਂ ਸੋਹਣੇ ਸੋਹਣੇ ਫੁੱਲਾਂ ਦੀਆਂ ਜਿਹੜੀਆਂ ਉਹਨਾਂ ਨੂੰ ਪਰੋ ਕੇ ਉਹਨਾਂ ਨੂੰ ਗੁੰਦ ਕੇ ਤੇ ਬਹੁਤ ਸੋਹਣਾ ਜਿਹੜਾ ਹੈ ਉਹ ਸੇਹਰਾ ਜਿਹੜਾ ਬਣਾਇਆ ਗਿਆ ਹੈ ਹੈਨਾ ਇਸ ਬਾਰੇ ਗੱਲ ਹੈ ਹੀਰੇ ਮੋਤੀਆਂ ਦੇ ਨਾਲ ਜੜਿਆ ਤੇ ਉਸ ਸਿਹਰੇ ਵਿੱਚ ਜਿਹੜੇ ਹੈ ਉਹ ਹੀਰੇ ਮੋਤੀ ਵੀ ਜਿਹੜੇ ਹੈ ਜੜੇ ਹੋਏ ਹਨ ਠੀਕ ਹੈ ਕਿਉਂਕਿ ਜਿਹੜਾ ਹੈ ਮੁੰਡੇ ਦਾ ਵਿਆਹ ਹੈ ਤੇ ਉਸ ਦੇ ਜਿਹੜਾ ਸਿਹਰਾ ਸਜਾਉਣਾ ਹੈ ਠੀਕ ਹੈ ਉਹ ਵੀ ਬਹੁਤ ਹੀ ਜਿਹੜਾ ਹੈ ਵਧੀਆ ਹੋਵੇ ਜਿਹੜਾ ਉਸ ਦੇ ਚੀਰੇ ਨੂੰ ਉਸ ਦੀ ਪੱਗ ਨੂੰ ਉਸ ਦੇ ਚਿਹਰੇ ਨੂੰ ਹੋਰ ਵੀ ਨੂਰ ਚੜਾ ਦੇਵੇ ਹੈਨਾ ਠੀਕ ਹੈ ਹੀਰੇ ਮੋਤੀਆਂ ਦੇ ਨਾਲ ਜੜਿਆ ਸੇਰਾ ਕਿਸ ਰਾਣੀ ਬਣਾਇਆ ਠੀਕ ਹੈ ਪੁੱਛਦੇ ਹਨ ਹੋਰ ਕਿ ਸੇਰਾ ਇਹ ਐਡਾ ਸੋਹਣਾ ਸੇਰਾ ਹੈ ਜਿਹੜਾ ਇਹ ਕਿਸ ਕਿਸ ਰਾਣੀ ਨੇ ਬਣਾਇਆ ਹੈ ਸੇਰਾ ਕਿਸ ਰਾਜੇ ਸਜਾਇਆ ਇਹ ਕਿਸ ਰਾਜੇ ਨੇ ਜਿਹੜਾ ਹੈ ਇਸ ਦੇ ਸਿਰ ਤੇ ਜਿਹੜਾ ਹੈ ਲਾੜੇ ਦੇ ਸਿਰ ਤੇ ਸੇਰਾ ਜਿਹੜਾ ਹੈ ਉਹ ਸਜਾਇਆ ਹੈ ਠੀਕ ਹੈ ਤੇ ਅੱਗੋਂ ਜਿਹੜਾ ਹੈ ਜਵਾਬ ਆਉਂਦਾ ਹੈ ਕਿ ਦਾਦੀ ਰਾਣੀ ਨੇ ਬਣਾਇਆ ਸੇਰਾ ਇਹ ਦਾਦੀ ਰਾਣੀ ਵੱਲੋਂ ਜਿਹੜਾ ਸੇਰਾ ਹੈ ਉਹ ਬਣਵਾਇਆ ਗਿਆ ਹੈ ਤੇ ਬਾਬੇ ਰਾਜੇ ਨੇ ਇਸ ਦੇ ਸਿਰ ਤੇ ਸਜਾਇਆ ਯਾਨੀ ਕਿ ਉਹ ਉਹ लाੜੇ ਦੇ ਜਿਹੜੇ ਦਾਦਾ ਜੀ ਹੈ ਉਹਨਾਂ ਨੇ ਠੀਕ ਹੈ ਸੋ ਅੱਗੇ ਫਿਰ ਉਸੇ ਤਰ੍ਹਾਂ ਜਿਹੜਾ ਹੈ ਸਵਾਲ ਸਿਫਤ ਆਉਂਦੀ ਹੈ ਕਿ ਸੋਹਣਾ ਸੇਰਾ 17 ਲੜੀਆਂ ਹੀਰੇ ਮੋਤੀਆਂ ਦੇ ਨਾਲ ਜੜਿਆ ਤੇ ਸੇਰਾ ਕਿਸ ਰਾਜੇ ਬਣਾਇਆ ਸੇਰਾ ਕਿਸ ਰਾਣੀ ਬਣਾਇਆ ਸੇਰਾ ਕਿਸ ਰਾਜੇ ਬਣਾਇਆ ਮਾਂ ਰਾਣੀ ਬਣਾਇਆ ਸੇਰਾ ਬਾਬਲ ਰਾਜੇ ਸਜਾਇਆ ਸੇਰਾ ਇਸੇ ਵਿੱਚ ਵੀ ਜਿਹੜਾ ਹੈ ਆਪਾਂ ਦੇਖਦੇ ਹਾਂ ਕਿ ਉਹ ਸਵਾਲ ਆਉਂਦਾ ਹੈ ਜਿਹੜੇ ਆਸ-ਪਾਸੇ ਦੇ ਲੋਕ ਨੇ ਉਸ ਸੇਰੇ ਨੂੰ ਦੇਖ ਕੇ ਉਸ ਦੀ ਜਿਹੜੀ ਹੈ ਮਤਲਬ ਫੱਬਤ ਨੂੰ ਦੇਖ ਕੇ ਠੀਕ ਹੈ ਉਸ ਦੀ ਸਜਾਵਟ ਨੂੰ ਦੇਖ ਕੇ ਬਹੁਤ ਹੀ ਜਿਹੜਾ ਹੈ ਇੱਕ ਤਰ੍ਹਾਂ ਦੇ ਅਚੰਬਤ ਹੋ ਜਾਂਦੇ ਆ ਤੇ ਉਹ ਸੋਚਦੇ ਆ ਕਿ ਬਹੁਤ ਵਧੀਆ ਸੇਰਾ ਹੈ ਇਹ ਕਿੱਥੋਂ ਬਣਵਾਇਆ ਹੈ ਕਿਹਨੇ ਬਣਵਾਇਆ ਹੈ ਤਾਂ ਉਹ ਕਹਿੰਦੇ ਨੇ ਕਿ ਇਹ ਜਿਹੜਾ ਹੈ ਉਹ ਮਾ ਰਾਣੀ ਨੇ ਜਿਹੜਾ ਹੈ ਸੇਰਾ ਬਣਾਇਆ ਹੈ ਬਣਵਾਇਆ ਹੈ ਔਰ ਬਾਬਲ ਰਾਜੇ ਨੇ ਇਸ ਦੇ ਸਿਰ ਤੇ ਸਜਾਇਆ ਹੈ ਸੋ ਇਹਦੇ ਵਿੱਚ ਆਪਾਂ ਜਿਹੜਾ ਹੈ ਦੇਖਦੇ ਹਾਂ ਕਿ ਜਦੋਂ ਵੀ ਜਿਹੜਾ ਹੈ ਲਾੜੇ ਦੀਆਂ ਘੋੜੀਆਂ ਵਿੱਚ ਕਦੇ ਉਸ ਦੀ ਜਿਹੜੇ ਹੈ ਘੋੜੀ ਦੀ ਸਿਫਤ ਹੁੰਦੀ ਹੈ ਕਦੇ ਉਸ ਦੀ ਅਚਕਣ ਦੀ ਸਿਫਤ ਹੁੰਦੀ ਹੈ ਕਦੇ ਉਸ ਦੀ ਜੁੱਤੀ ਦੀ ਸਿਫਤ ਹੁੰਦੀ ਹੈ ਕਦੇ ਉਸ ਦੇ ਜਿਹੜੇ ਹੋਰ ਪੋਸ਼ਾਕਾਂ ਪਾਈਆਂ ਉਹਨਾਂ ਦੀ ਸਿਫਤ ਹੁੰਦੀ ਹੈ ਕਦੇ ਉਹ ਉਸ ਦੇ ਚੀਰੇ ਦੀ ਪੱਗ ਦੀ ਸਿਫਤ ਹੁੰਦੀ ਹੈ ਕਦੇ ਉਸ ਦੇ ਗਲ ਵਿੱਚ ਪਾਏ ਕੈਂਠੇ ਦੀ ਸਿਫਤ ਹੁੰਦੀ ਹੈ ਗਹਿਣਿਆਂ ਦੀ ਸਿਫਤ ਹੁੰਦੀ ਹੈ ਠੀਕ ਹੈ ਇਸੇ ਤਰ੍ਹਾਂ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਨਿੱਕੀਆਂ-ਨਿੱਕੀਆਂ ਜਿਹੜੀਆਂ ਲਾੜੇ ਦੇ ਫੱਪ ਰਹੀਆਂ ਹਨ ਤੇ ਉਹਨਾਂ ਦੀ ਸਿਫਤ ਵੀ ਇਹਨਾਂ ਘੋੜੀਆਂ ਦੇ ਜਿਹੜੇ ਲੋਕ ਗੀਤ ਹੈ ਇਹਨਾਂ ਵਿੱਚ ਹੁੰਦੀ ਵਿਖਾਈ ਵਖਾਈ ਹੈ ਪਰ ਇੱਥੇ ਜਿਹੜਾ ਹੈ ਇੱਥੇ ਜਿਹੜਾ ਹੈ ਸਫਤ ਹੈ ਜਿਹੜੀ ਉਹ ਇੱਕ ਸੇਰੇ ਨੂੰ ਲੈ ਕੇ ਹੈ ਕਿ ਜਿਹੜਾ ਲਾੜੇ ਤੇ ਸਿਰ ਤੇ ਸੇਹਰਾ ਸਜਾਇਆ ਗਿਆ ਹੈ ਉਹ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਤੇ ਉਹ ਸੇਹਰਾ ਹੈ ਜਿਹੜਾ ਉਹ ਲਾੜੇ ਦੇ ਜਿਹੜੀ ਹੈ ਰੂਪ ਨੂੰ ਜਿਹੜਾ ਹੈ ਉਹ ਹੋਰ ਵੀ ਚਾਰ ਚੰਦ ਲਾ ਰਿਹਾ ਹੈ ਸੋ ਇੱਥੇ ਜਿਹੜੀ ਹੈ ਲਾੜੇ ਦੇ ਜਿਹੜੀ ਹੈ ਉਸ ਦੀ ਸ਼ਾਨ ਸ਼ੌਕਤ 66 ਬਾਠ ਨੂੰ ਹੀ ਜਿਹੜਾ ਹੈ ਦਰਸਾਇਆ ਗਿਆ ਹੈ ਕਿ ਲਾੜਾ ਹੈ ਜਿਹੜਾ ਉਹ ਹਾਰ ਸ਼ਿੰਗਾਰ ਨਾਲ ਤੇ ਸੇੜਾ ਸਜਾਉਣ ਕਰਕੇ ਹੋਰ ਵੀ ਸੋਹਣਾ ਉਹ ਬਣ ਗਿਆ ਹੈ ਅੱਗੇ ਹੈ ਜੀ ਅੱਜ ਦਾ ਦਿਨ ਸੁਲੱਖਣਾ ਹੁਣ ਇਹਦਾ ਹੈ ਕਿ ਅੱਜ ਦਾ ਦਿਨ ਸੋਲਕ ਖਣਾ ਜੀ ਸੁਲਖਣਾ ਪਾਗਾ ਵਾਲਿਆਂ ਦੇ ਆਵੇ ਅੱਜ ਦਾ ਦਿਨ ਸੁਲਖਣਾ ਜੀ ਸੁਲਖਣਾ ਪਾਗਾ ਵਾਲਿਆਂ ਦੇ ਆਵੇ ਵੀਰੇ ਤੇਰੇ ਬਾਬਲ ਦੇ ਮਨ ਚਾ ਮਤਾ ਸ਼ਗਨ ਮਨਾਵੇ ਵੀਰੇ ਤੇਰੇ ਬਾਬਲ ਦੇ ਮਨ ਚਾ ਮਾਤਾ ਸ਼ਗਨ ਮਨਾਵੇ ਅੱਜ ਦਾ ਦਿਨ ਸੁਲਖਣਾ ਸੁਲਖਣਾ ਮ ਪਾਗ ਵਾਲਿਆਂ ਦੇ ਆਵੇ ਸੋ ਇਸ ਵਿੱਚ ਵੀ ਜਿਹੜਾ ਹੈ ਉਹ ਇੱਕ ਭੈਣ ਹੈ ਜਿਹੜੀ ਉਹ ਆਪਣੇ ਵੀਰ ਦੇ ਜਿਹੜੇ ਹੈ ਅੱਜ ਦੇ ਦਿਨ ਨੂੰ ਕੀ ਉਹ ਅਜੋ ਲਾੜਾ ਬਣਿਆ ਹੈ ਤੇ ਚਾਰੇ ਪਾਸੇ ਖੁਸ਼ੀਆਂ ਦਾ ਜਿਹੜਾ ਮਾਹੌਲ ਹੈ ਘਰ ਵਿੱਚ ਵਰਤ ਰਿਹਾ ਹੈ ਠੀਕ ਹੈ ਅੱਗੇ ਉਸ ਨੇ ਉਸ ਭੈਣ ਦੀ ਜਿਹੜੀ ਹੈ ਉਸ ਭੈਣ ਦਾ ਵੀਰ ਨੇ ਜਿਹੜਾ ਹੈ ਅੱਗੇ ਉਸ ਵਾਸਤੇ ਸੋਹਣੀ ਜੀ ਭਾਬੋ ਜਿਹੜੀ ਹੈ ਉਹ ਵਿਆਹ ਕੇ ਲਿਆਉਣੀ ਹੈ ਤੇ ਉਸ ਖੁਸ਼ੀ ਵਿੱਚ ਜਿਹੜਾ ਹੈ ਉਹ ਚਾਰੇ ਪਾਸੇ ਜਿਹੜਾ ਹੈ ਉਹ ਐ ਜਿਵੇਂ ਆਪਾਂ ਕਹਿ ਦਿੱ ਗਏ ਕਿ ਉਸ ਦਾ ਧਰਤੀ ਪੈਰ ਨਹੀਂ ਲੱਗਦਾ ਇੰਨਾ ਚਾਹ ਹੈ ਜਿਹੜਾ ਉਸ ਨੂੰ ਆਉਣ ਵਾਲੀ ਭਾਬੀ ਲਈ ਹੈ ਸੋ ਉੱਥੇ ਉਹ ਨਾਲ ਦੀ ਨਾਲ ਇਹ ਵੀ ਸੁੱਖਾ ਸੁਖਦੀ ਹੈ ਕਿ ਅੱਜ ਦਾ ਦਿਨ ਸੁਲੱਖਣਾ ਸੁਲੱਖਣਾ ਹੁੰਦਾ ਭਾਗਾ ਵਾਲਾ ਦਿਨ ਹੈ ਠੀਕ ਹੈ ਅੱਜ ਦਾ ਦਿਨ ਕਿਹੜਾ ਹੈ ਬਹੁਤ ਹੀ ਭਾਗਾ ਵਾਲਾ ਸੁਲੱਖਣਾ ਦਿਨ ਹੈ ਜੀ ਭਾਗਾ ਵਾਲਿਆਂ ਤੇ ਬਹੁਤ ਸੋਹਣਾ ਦਿਨ ਹੈ ਸੁਲੱਖਣਾ ਦਿਨ ਹੈ ਯਾਨੀ ਚੰਗੇ ਲਖਣਾ ਵਾਲਾ ਆਪਾਂ ਕਹਿ ਸਕਦੇ ਹਿੰਦੀ ਚ ਤੇ ਚੰਗੇ ਜਿਹੜਾ ਹੈ ਸੋਹਣਾ ਦਿਨ ਹੈ ਜੀ ਭਾਗਾ ਵਾਲਿਆਂ ਤੇ ਆਵੇ ਤੇ ਜਿਹੜੇ ਜਿਹਦੇ ਚੰਗੇ ਭਾਗ ਹੁੰਦੇ ਐ ਉਹ ਜਿਹੜਾ ਹੈ ਇਹੋ ਜੇ ਦਿਨ ਉਹਨਾਂ ਤੇ ਹੀ ਆਉਂਦੇ ਹਨ ਹੈਨਾ ਵੀਰੇ ਤੇਰੇ ਬਾਬਲ ਦੇ ਮਨ ਚਾ ਕੇ ਮਾਤਾ ਸ਼ਗਨ ਮਨਾਵੇ ਭੈਣ ਕਹਿ ਰਹੀ ਐ ਕਿ ਵੀਰ ਨੂੰ ਕੀ ਵੀਰੇ ਤੇਰੀ ਤੇਰੇ ਬਾਬਲ ਦੇ ਮਨ ਵੀ ਬੜੀਆਂ ਖੁਸ਼ੀਆਂ ਨੇ ਬੜੀਆਂ ਬੜੇ ਚਾ ਨੇ ਅੱਜ ਉਸ ਦਾ ਪੁੱਤ ਜਿਹੜਾ ਹੈ ਉਹ ਘੋੜੀ ਚੜਿਆ ਹੈ ਤੇ ਉਹ ਅੱਗੇ ਜਿਹੜਾ ਹੈ ਉਹਨੇ ਸਰਦਾਰਾਂ ਦੇ ਘਰੇ ਜਾਂ ਉਹਨੇ ਜਿਹੜਾ ਹੈ ਅਮੀਰਾਂ ਦੇ ਘਰੇ ਜਿਹੜਾ ਹੈ ਜਾਂ ਉਹਨੇ ਸਰਦੇ ਪੁੱਜ ਦੇ ਸਰਦਾਰਾਂ ਦੇ ਘਰੇ ਟੁੱਕਣਾ ਹੈ ਤੇ ਉਸ ਦੇ ਮਨ ਵਿੱਚ ਵੀ ਬੜੇ ਚਾਹ ਨੇ ਆਪਣੀ ਆਉਣ ਵਾਲੇ ਨੌ ਲਈ ਠੀਕ ਹੈ ਤੇ ਉਸ ਤੋਂ ਬਾਅਦ ਕਿ ਮਾਤਾ ਸ਼ਗਨ ਮਨਾਵੇ ਤੇ ਮਾਤਾ ਵੀ ਬਹੁਤ ਸਾਰੇ ਜਿਹੜੇ ਸ਼ਗਨ ਵਿਹਾਰ ਹੈ ਜਿਹੜੇ ਵਿਆਹ ਵਿੱਚ ਹੁੰਦੇ ਹੈ ਉਹ ਜਿਹੜੇ ਹੈ ਭੱਜ-ਭੱਜ ਕੇ ਚਾਈ-ਚਾਈ ਅੱਗੇ ਹੋ ਹੋ ਕੇ ਸਾਰੇ ਸ਼ਗਨ ਹੈ ਜਿਹੜੇ ਉਹ ਪੂਰੇ ਕਰ ਰਹੀ ਹੈ ਉਹ ਨੂੰ ਇਹ ਵੀ ਹੈ ਕਿ ਕੋਈ ਵੀ ਸ਼ਗਨ ਐਸਾ ਹੈ ਜਿਹੜਾ ਰਹਿ ਨਾ ਜਾਵੇ ਠੀਕ ਹੈ ਸਾਰੇ ਸ਼ਗਨ ਮੈਂ ਅੱਜ ਸਾਰੇ ਆਪਦੇ ਚਾਹ ਹੈ ਜਿਹੜੇ ਮੈਂ ਆਪਦੇ ਪੁੱਤ ਦੇ ਵਿਆਹ ਤੇ ਪੂਰੇ ਕਰਨੇ ਆ ਉਹ ਪੂਰੇ ਕਰ ਸਕਾਂ ਹਨਾ ਮਾਤਾ ਸ਼ਗਨ ਮਨਾਵੇ ਅੱਜ ਦਾ ਦਿਨ ਸੁਲਖਣਾ ਜੀ ਭਾਗਾ ਵਾਲਿਆਂ ਤੇ ਆਵੇ ਤੇ ਅੱਜ ਦਾ ਦਿਨ ਐਨਾ ਸੁਲਖਣਾ ਹੈ ਕਿ ਇਹ ਭਾਗਾ ਵਾਲਿਆਂ ਤੇ ਆਉਂਦਾ ਹੈ ਔਰ ਉਸ ਦੇ ਭਾਗ ਬੜੇ ਹੀ ਚੰਗੇ ਹਨ ਜਿਨ੍ਹਾਂ ਨੇ ਆਪਣੇ ਜਿਹੜਾ ਹੈ ਪੁੱਤ ਨੂੰ ਜਿਹੜਾ ਹੈ ਲਾੜਾ ਬਣਦਾ ਦੇਖਿਆ ਤੇ ਉਸ ਤੋਂ ਬਾਅਦ ਉਹ ਆਪਣੇ ਜਿਹੜੇ ਹੈ ਸਹੁਰੇ ਘਰ ਜਾ ਕੇ ਤੇ ਉਹਨਾਂ ਲਈ ਨੂ ਰਾਣੀ ਲਿਆਇਆ ਹੈ ਨਾ ਤੇ ਅੱਜ ਦਾ ਦਿਨ ਸੁਲੱਖਣਾ ਜੀ ਭਾਗਾ ਵਾਲਿਆਂ ਤੇ ਆਵੇ ਇਹੋ ਜਿਹੇ ਜਿਹੜੇ ਦਿਨ ਹੈ ਉਹ ਭਾਗਾ ਨਾਲ ਨਸੀਬ ਹੁੰਦੇ ਹਨ ਫਿਰ ਹੈ ਵੀਰਾ ਤੇਰੇ ਮਾਮੇ ਦੇ ਮਨ ਸ਼ਾਦੀਆਂ ਕੇ मामੀ ਸ਼ਗਨ ਮਨਾਵੇ ਹੁਣ ਇੱਥੇ ਮਾਮੇ ਦਾ ਜਿਹੜਾ ਹੈ ਜ਼ਿਕਰ ਆਇਆ ਹੈ ਤੇ मामੀ ਦਾ ਜ਼ਿਕਰ ਆਇਆ ਹੈ ਇਹ ਵੀ ਇਸੇ ਤਰ੍ਹਾਂ ਹੈ ਕਿ ਜਿਵੇਂ ਦਾਦਕੇ ਪਰਿਵਾਰ ਨੂੰ ਇਸ ਦਾਦਕੇ ਪਰਿਵਾਰ ਨੂੰ ਬਹੁਤ ਜ਼ਿਆਦਾ ਚਾਹ ਹੈ ਉਸੇ ਤਰ੍ਹਾਂ ਹੀ ਜਿਹੜਾ ਹੈ ਨਾਨਕੇ ਪਰਿਵਾਰ ਵੀ ਜਿਹੜਾ ਹੈ ਪੂਰਾ ਮਤਲਬ ਇੱਕਦਮ ਐ ਫੁੱਲਾਂ ਤਰ੍ਹਾਂ ਟਹਿਕ ਰਿਹਾ ਹੈ ਖਿੜ ਖਿੜਿਆ ਹੋਇਆ ਹੈ ਪਰਿਵਾਰ ਉਹਨਾਂ ਨੂੰ ਵੀ ਆਪਣੇ ਜਿਹੜਾ ਹੈ ਮਾਮੇ ਨੂੰ ਵੀ ਆਪਣੇ ਭਾਣਜੇ ਦਾ ਜਿਹੜਾ ਹੈ ਉਸ ਵਿਆਹ ਦਾ ਬਹੁਤ ਜ਼ਿਆਦਾ ਚਾਹ ਹੈ ਤੇ ਸ਼ਾਦੀਆਂ ਮਤਲਬ ਤੇਰੇ ਮਾਮੇ ਦੇ ਮਨ ਸ਼ਾਦੀਆਂ ਸ਼ਾਦੀਆਂ ਮਤਲਬ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਹੈ ਉਹ ਜਿਹੜੇ ਚਾਹ ਹੈ ਜਿਹੜੇ ਮਾਮੇ ਦੇ ਮਨ ਵਿੱਚ ਹਨੇ ਕੇ ਮਾਮੀ ਸ਼ਗਨ ਮਨਾਵੇ ਤੇ ਮਾਮੀ ਵੀ ਜਿਹੜੇ ਹੈ ਕਈ ਪ੍ਰਕਾਰ ਦੇ ਜਿਹੜੇ ਸ਼ਗਨ ਹੈ ਜਿਹੜੇ ਸਿਰਫ ਮਾਮੀ ਹੀ ਕਰ ਸਕਦੀ ਹੈ ਉਹਨਾਂ ਸ਼ਗਨਾਂ ਨੂੰ ਪੂਰਾ ਉਹ ਸ਼ਗਨ ਭੱਜ-ਭੱਜ ਕੇ ਅੱਗੇ ਲੱਗ-ਲੱਗ ਕੇ ਉਹ ਸਾਰੇ ਸ਼ਗਨ ਜਿਹੜੇ ਹੈ ਉਹ ਕਰ ਰਹੀ ਹੈ ਹੈਨਾ ਅੱਜ ਦਾ ਦਿਨ ਸੁਲੱਖਣਾ ਜੀ ਭਾਗਾ ਵਾਲਿਆਂ ਤੇ ਆਵੇ ਕਿ ਜੀਜੇ ਦੇ ਮਨ ਚਾ ਵੀਰਾਵੇ ਭੈਣੋਂ ਸ਼ਗਨ ਮਨਾਵੇ ਹੁਣ ਇੱਥੇ ਫੇਰ ਅੱਜ ਦਾ ਦਿਨ ਸੁਲੱਖਣਾ ਕੀ ਦਿਨ ਜਿਹੜਾ ਹੈ ਅੱਜ ਦਾ ਬਹੁਤ ਹੀ ਜਿਹੜਾ ਹੈ ਭਾਗਾ ਵਾਲਾ ਚੜਿਆ ਹੈ ਠੀਕ ਹੈ ਸੁਲੱਖਣਾ ਦਿਨ ਹੈ ਤੇ ਇਹ ਦਿਨ ਭਾਗਾ ਤੋਂ ਬਿਨਾ ਚੰਗੀ ਕਿਸਮਤ ਤੋਂ ਬਿਨਾ ਨਹੀਂ ਆਉਂਦਾ ਕਿਸੇ ਤੇ ਤੇ ਅੱਗੇ ਹੈ ਕਿ ਜੀਜੇ ਦੇ ਮਨ ਚਾ ਹੁਣ ਵੀਰ ਹੈ ਠੀਕ ਹੈ ਔਰ ਭੈਣ ਹੈ ਭੈਣ ਦੇ ਘਰ ਵਾਲਾ ਜਿਹੜਾ ਹੈ ਉਹ ਜੀਜਾ ਹੈ ਠੀਕ ਹੈ ਤੇ ਜੀਜਿਆਂ ਨੂੰ ਸਭ ਤੋਂ ਜ਼ਿਆਦਾ ਚਾ ਹੁੰਦਾ ਹੈ ਸਾਲੇ ਦੇ ਵਿਆਹ ਦਾ ਹਨ ਤੇ ਇੱਥੇ ਕੀ ਹੈ ਕਿ ਜੀਜੇ ਦੇ ਮਨ ਚਾ ਵੀਰਾਵੇ ਭੈਣੋਂ ਸ਼ਗਨ ਮਨਾਵੇ ਤੇ ਜੀਜੇ ਹੈ ਜਿਹੜੇ ਕਿਉਂਕਿ ਜਿਹੜਾ ਹੈ ਸਹੁਰੇ ਪਰਿਵਾਰ ਵਿੱਚ ਜਿਹੜਾ ਹੈ ਉਹਨਾਂ ਦਾ ਵਿਆਹ ਹੈ ਸਾਲੇ ਦਾ ਤੇ ਉਹਨਾਂ ਦੀ ਪੁੱਛਗਿਛ ਵੀ ਬਹੁਤ ਜ਼ਿਆਦਾ ਹੁੰਦੀ ਹੈ ਸਾਰੇ ਜੀਜਾ ਜੀ ਜੀਜਾ ਜੀ ਆਓ ਜੀ ਆਓ ਜੀ ਬੈਠੋ ਜੀ ਬੈਠੋ ਜੀ ਬਹੁਤ ਸਤਕਾਰ ਤੇ ਜਿਹੜੀ ਸੇਵਾ ਹੈ ਉਹ ਹੁੰਦੀ ਹੈ ਜੀਜਿਆਂ ਦੀ ਠੀਕ ਹੈ ਜਦੋਂ ਇਸ ਤਰ੍ਹਾਂ ਮੁੰਡੇ ਦਾ ਵਿਆਹ ਹੋਵੇ ਤਾਂ ਉਦੋਂ ਫਿਰ ਜਿਹੜਾ ਹੈ ਜੀਜਾ ਇੱਕ ਤਰ੍ਹਾਂ ਦਾ ਖਾਸ ਜਿਹੜਾ ਮਹਿਮਾਨ ਹੁੰਦਾ ਹੈ ਖਾਸ ਪਰੋਣਾ ਹੁੰਦਾ ਹੈ ਉਸ ਘਰ ਦਾ ਤੇ ਉਹਨੂੰ ਵੀ ਬੜਾ ਚਾਹ ਹੈ ਆਪਣੇ ਸਾਲੇ ਦੇ ਵਿਆਹ ਦਾ ਤੇ ਉਹਨੂੰ ਇਹ ਵੀ ਹੈ ਕਿ ਅੱਗੇ ਜਿਹੜੀ ਸਾਲੇਹਾਰ ਵਿਆਹ ਕੇ ਆਊਗੀ ਉਹ ਉਹਦੇ ਉਹਨੂੰ ਲੈ ਕੇ ਵੀ ਬੜਾ ਚਾਹ ਹੈ ਮਨ ਵਿੱਚ ਤੇ ਵੀਰ ਆਵੇ ਭੈੜੋ ਸ਼ਗਨ ਮਨਾਵੇ ਤੇ ਭੈਣਾ ਵੀ ਬਹੁਤ ਤਰੀਕਿਆਂ ਨਾਲ ਜਿਹੜੇ ਉਹਨਾਂ ਦੇ ਸ਼ਗਨ ਜਿਹੜੇ ਮਨਾਉਣਦੇ ਹਨ ਠੀਕ ਹੈ ਉਹ ਜਿਹੜੇ ਸ਼ਗਨ ਹੈ ਆਪਣੇ ਚਾਈ ਚਾਈ ਉਹ ਅੱਗੇ ਲੱਗ ਲੱਗ ਕੇ ਉਹ ਜਿਹੜੇ ਹੈ ਹੁਬ ਹੁਬ ਕੇ ਉਹ ਖੁਸ਼ੀਆਂ ਵਿੱਚ ਪੂਰੇ ਕਰ ਰਹੇ ਹਨ ਸੋ ਇਨ ਜਿਹੜਾ ਹੈ ਦੋਨਾਂ ਆਪਾਂ ਜਿਹੜੇ ਜਿਹੜਾ ਇਹ ਘੋੜੀਆਂ ਤੇ ਗੀਤ ਆਪਾਂ ਦੇਖੇ ਆ ਇਹਨਾਂ ਵਿੱਚ ਆਪਾਂ ਇਹੀ ਦੇਖਿਆ ਹੈ ਕਿ ਲਾੜੇ ਦੇ ਵਿਆਹ ਨੂੰ ਜਿਹੜਾ ਹੈ ਉਸ ਦੇ ਹਰ ਚੀਜ਼ ਨੂੰ ਉਸ ਦੇ ਰਿਸ਼ਤੇਦਾਰਾਂ ਨੂੰ ਉਸ ਦੇ ਸਹੁਰੇ ਪਰਿਵਾਰ ਨੂੰ ਠੀਕ ਹੈ ਉਹ ਬਹੁਤ ਹੀ ਜਿਹੜਾ ਹੈ ਸ਼ਾਨ ਸ਼ੌਕਤ ਵਾਲਾ ਤੇ ठाठ-ਬਾਠ ਵਾਲਾ ਵਿਖਾਇਆ ਗਿਆ ਹੈ ਇੱਥੇ ਸਹੇਰੇ ਨੂੰ ਬਹੁਤ ਜਿਹੜਾ ਹੈ ਸੋਹਣਾ ਤੇ ਉਸ ਸਹੇਰੇ ਨਾਲ ਜਿਹੜਾ ਹੈ ਲਾੜੇ ਦਾ ਜਿਹੜਾ ਚਿਹਰਾ ਹੈ ਉਹ ਹੋਰ ਵੀ ਫੱਬਦਾ ਹੋਇਆ ਵਿਖਾਇਆ ਗਿਆ ਹੈ ਤੇ ਸਾ ਅੱਜ ਦਾ ਦਿਨ ਸੁਲੱਖਣਾ ਵਿੱਚ ਵੀ ਜਿਹੜਾ ਇਹ ਦੱਸਿਆ ਗਿਆ ਹੈ ਕਿ ਜਿਹੜੇ ਪੁੱਤ ਦਾ ਵਿਆਹ ਹੈ ਤੇ ਉਸ ਦੀ ਜੰਝ ਚੜਨੀ ਠੀਕ ਹੈ ਤੇ ਇਹ ਦਿਨ ਜਿਹੜਾ ਹੈ ਉਹ ਭਾਗਾ ਵਾਲਿਆਂ ਨੂੰ ਹੀ ਨਸੀਬ ਹੁੰਦਾ ਹੈ ਤੇ ਇਸ ਦਿਨ ਜਿਹੜਾ ਹੈ ਉਹ ਜਿਹੜਾ ਹੈ ਮਾਂ ਪਿਓ ਹੈ ਠੀਕ ਹੈ ਮਾਮਾ ਮਾਮੀ ਹੈ ਹੋਰ ਰਿਸ਼ਤੇਦਾਰ ਦਾਦਾ ਦਾਦੀ ਨਾਨਾ ਨਾਨੀ ਸਾਰੇ ਹੀ ਜਿਹੜੇ ਹੈ ਵੱਧ ਚੜ ਕੇ ਇਹਨਾਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋ ਕੇ ਤੇ ਖੁਸ਼ੀਆਂ ਨੂੰ ਦੁੱਗਣਾ ਚਾਉਣਾ ਜਿਹੜਾ ਹੈ ਉਹ ਕਰ ਰਹੇ ਹਨ ਤੇ ਆਪਣੇ ਮਨ ਦੇ ਜਿਹੜੇ ਹੈ ਚਾਹ ਹੈ ਉਹ ਪੂਰੇ ਕਰ ਰਹੇ ਹਨ ਸੋ ਇਹ ਆਪਾਂ ਜਿਹੜੇ ਹੈ ਅੱਜ ਦਾ ਦਿਨ ਸੁਲੱਖਣਾ ਤੇ ਜਿਹੜੇ ਪੜੇ ਆਪਾਂ ਇਹਨਾਂ ਦੇ ਬਾਰੇ ਜਾਣਿਆ ਠੀਕ ਹੈ ਤੇ ਮੈਂ ਆਸ ਕਰਦਾ ਹਾਂ ਬੇਟਾ ਜੀ ਕਿ ਤੁਹਾਨੂੰ ਇਹ ਵਧੀਆ ਲੱਗਿਆ ਹੋਣਾ ਤੇ ਇਸ ਤੋਂ ਬਾਅਦ ਜਿਹੜਾ ਹੈ ਆਪਾਂ ਆਉਣ ਵਾਲੇ ਅੱਗੇ ਜਿਹੜੇ ਘੋੜੀਆਂ ਦੇ ਗੀਤ ਹੈ ਉਹਨਾਂ ਬਾਰੇ ਆਪਾਂ ਅਗਲੀ ਵੀਡੀਓ 'ਚ ਚਰਚਾ ਕਰਾਂਗੇ ਤਦ ਤੱਕ ਲਈ ਆਪ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ